ਜਿੱਥੇ ਟਾਂਕੇ ਲੱਗੇ ਸੀ ਨਾ ਉੱਥੇ ਤੇ ਆਵਾਜ਼ ਹੀ ਨਹੀਂ ਆਈ। ਟਾਂਕੇ ਲੱਗੇ ਨੇ ਕੀ ਲੱਗਾ? ਉਂਝ ਡਿੱਗੀ ਸੀ ਉਹਦਾ ਸਭ ਜ਼ਖਮ ਹੋਇਆ ਸੀ ਉਸ ਜਗ੍ਹਾ ਤੇ ਆਵਾਜ਼ ਹੀ ਨਹੀਂ ਆਈ। ਉਸ ਜਗ੍ਹਾ ਤੇ ਆਵਾਜ਼ ਨਹੀਂ ਆਈ। ਰੋਜ਼ ਨਾਇਆ ਵੀ ਸੜੀ ਸੀ ਨਾ ਰੱਦਾ ਸਿਰ ਸੜ ਗਏ ਤੇ ਕਹਿੰਦੇ ਨਾ ਇਹ ਟਿੰਡ ਕਰਾ ਦੇ ਉੱਥੇ। ਅੱਛਾ ਮੈਂ ਕਰਾਈ ਮੈਂ ਨਾ ਟਿੰਡ ਕਰਾ ਦਵਾਂ। ਆ ਬਾਜੀ ਹਰ ਫੰਕਸ਼ਨ ਤੇ ਟਿੰਡ ਕਰਾ ਦਿੰਦੇ। ਨਹੀਂ ਸੜ ਗਿਆ ਸੀ ਨਾ ਰੱਦਾ ਸਿਰ ਕਹਿੰਦੇ ਨਾ ਕਰਾ ਦੇ ਉਹ। ਸਮੀਲਾ ਦੀ ਸ਼ਾਦੀ ਤੇ ਐਡਾ ਸੋਹਣਾ ਲਹਿੰਗਾ ਸੀ ਕਿ ਤੂੰ ਤੋਂ ਟਿੰਡ ਕਰਾ ਕੇ ਮੈਂ ਕਿਹਾ ਬਾਜੀ ਤੁਹਾਡਾ ਕੋਈ ਆ। ਮੈਂ ਆਖਿਆ ਮੈਂ ਕਿਹਾ ਰਹਿਣ ਦਿਓ ਸ਼ਾਦੀ ਗੁਜ਼ਰ ਜਾ ਤੇ ਫੇਰ ਨਹੀਂ ਟੋਪੀ ਪਾ ਕੇ ਸ਼ਾਦੀ ਦੀ ਸ਼ਾਦੀ ਰਾਹ ਜੇ ਗਏ ਉਧਰ ਵੀ ਸਾਰੀ ਗੱਲ ਲੈ ਕੇ ਤੇ ਅੰਦਰ ਮੇਰੀ ਕਰਾ ਲਿਆ। ਚੰਗੀ ਜੇ ਕਰਾ ਲੈਣੀ ਨਹੀਂ ਤੇ ਬੱਚੇ ਕਰਾਉਂਦੇ ਹੀ ਨਹੀਂ। ਇਹ ਕਰਾ ਲੈਣੀ ਨਿਕਲੀ ਜ਼ਿਆਦਾਤਰ ਪਸੀਨੇ ਨਾ ਪੈਂਦੀਆਂ ਜੇ ਕਿਸੇ ਕੋਲ ਚੜ੍ਹ ਜਾਏ ਨਾ ਤੇ ਉਹ ਅੱਗੋਂ ਬੰਦ ਪਾ ਦੇ ਤੇ ਫਿਰ ਸਾਰਾ ਘਰ ਗਈ ਸੀ ਨਾ ਸਾਰਾ ਦੇ ਸਿਰ ਸਕੂਲ ਸਾਰਾ ਉਹਦੀ ਉਹ ਕਹਿੰਦੀ ਮੰਮੀ ਮੈਨੂੰ ਟਾਈਮ ਹੀ ਨਹੀਂ ਮਿਲਦਾ ਕਢਵਾਉਣ ਦਾ। ਉਹਦੇ ਸਿਰ ਸੀ ਤੂੰ ਉੱਥੇ ਗਈ ਸੀ ਉੱਥੋਂ ਬੜੀਆਂ ਪਵਾ ਕੇ ਆਈ ਸੀ ਤੇ ਸਾਰਾ ਆਉਂਦੀ ਤੇ ਉਹ ਸਾਫ਼ ਕਰ ਦੇਣਾ ਸੀ ਐਨਕੀ ਆਈ ਖਰਾਬ ਕੇ ਗਈ ਸਾਫ਼ ਜ਼ਿਆਦਾ ਟਾਈਮ ਰਾਤ ਟਾਈਮ ਕਿਚਨ ਦੇ ਨਿਕਲ ਗਿਆ ਫਿਰ ਪਸੀਨਾ ਆ ਕੇ ਪਤਾ ਨਹੀਂ ਉਹ ਪੇਕਿਓ ਆਈ ਨਹੀਂ ਅਜੇ ਦੂਸਰੀ ਆਈ ਤੇ ਕੋਈ ਨਹੀਂ ਹੁਣ ਆ ਗਈ ਹੁਣੀ ਦਾਦੀ ਕੋਲ ਤੋਂ ਗਈ ਤੇ ਆਉਣ ਉੱਧਰ ਹੀ ਨੇ ਪਤਾ ਨਹੀਂ ਇੱਥੇ ਹੀ ਸੀ ਪੂਰਾ ਕਿਸੇ ਨੇ ਬਲੇਡ ਫੇਰ ਦੀ ਹੈ ਹਾਂ ਜੇ ਅੱਗੇ ਵੀ ਕੋਈ ਲੈਂਦੀ ਸੀ ਮੈਨੂੰ ਦਾਣ ਨਹੀਂ ਖਾਲੀ ਹੁੰਦਾ ਉਹ ਡਿੱਗੀ ਸੀ ਨੀਚੇ ਜ਼ਮੀਨ 'ਚ ਇੱਥੇ ਗਲੀ ਦੇ ਵਿੱਚ ਵੀ ਬਚ ਗਈ ਬਚ ਗਏ ਨੇ ਫਿਰ ਵੀ ਬਚ ਗਈ ਜਦ ਮੈਂ ਸੇਫ 'ਚ ਕੋਈ ਸਹੀ ਲੱਗੀ ਸੀ ਜਾ ਜਾਣੇ ਚਾਹੀਦੇ ਨੇ ਵਾਲ ਹੀ ਨਹੀਂ ਜ਼ਖਮ ਵੀ ਨਹੀਂ ਸੀ ਇੰਨਾ ਹੈ ਹੁਣ ਉਸ ਜਗ੍ਹਾ ਜੜ ਹੀ ਨਹੀਂ ਹੈ ਵਾਲਾਂ ਦੇ ਇਸ ਵਾਸਤੇ ਤਾਂ ਮੈਂ ਨਾਲੇ ਟਿੰਡ ਨਹੀਂ ਸੀ ਕਰਵਾਈ ਮੈਂ ਕਿਹਾ ਨਾਲੇ ਟਿੰਡ ਕਰਵਾ ਲਓ ਤੇ ਸੜੇ ਦੇ ਉੱਤੇ ਵਾਲ ਹੀ ਨਾ ਚਾਚ ਕੋਸਣ ਬੜਾ ਕਹਿੰਦੇ ਨੇ ਕਰਾ ਲਿਆ ਜ਼ਖਮ ਛੁੱਟ ਜਾਏਗਾ ਮੈਂ ਉਂਝ ਹੀ ਨਵਾ ਕੇ ਨਾ ਰੋਜ਼ ਨਵਾ ਕੇ ਰੋਜ਼ ਦਵਾਈ ਉੱਤੇ ਲਾ ਦੇਣੀ ਮਾਸ਼ਾ ਲਾ ਉਂਝ ਹੀ ਆਰਾਮ ਆ ਗਿਆ ਇਹ ਦਵਾਈ ਬੜੀ ਅੱਛੀ ਹੈ ਸੜੇ ਦੀ ਮੈਂ ਤੁਹਾਨੂੰ ਆਖਿਆ ਸੀ ਮੱਸਰ ਨੂੰ ਕਰ ਦਿਓ ਮੈਂ ਤਾਂ ਉਹ ਲਾਈ ਸੀ ਮੈਨੂੰ ਕੋਈ ਫਰਕ ਪੈ ਗਿਆ ਸੀ ਕਹਿੰਦੇ ਸੀ ਅੱਛਾ ਮਾਮੀ ਕਰਾਂਗੇ ਜ਼ੋਰ ਜ਼ੋਰ ਸੇ ਕੰਘੀ ਕਰੇ ਤਾਂ ਬਾਹਰ ਨੀ ਟੁੱਟ ਜਾਂਦਾ ਬਸ ਬਾਜੀ ਨੂੰ ਆਂਦੀਆਂ ਨੀ ਹੈ ਮਿਰਰ ਨੇ ਦਿਖਾਤੀ ਦਿਖਾਉਂਦੀਆਂ
ਇਹਦੇ ਸਿਰ ਤੇ ਪੈ ਗਈ, ਇਹਨੂੰ ਤੇ ਬਹੁਤ ਪੈ ਜਾਂਦਾ, ਇਹਨੂੰ ਤੇ ਆਪੇ ਬੜਾ ਪੈਂਦਾ। ਮੈਂ ਤਾਂ ਜਿੰਨੀ ਦੇਰ ਤੱਕ ਹਾਂ ਨਾ ਉਹਦਾ ਸ਼ੌਕ ਨਾ ਦੂਰ ਕਰ, ਕਈ ਖੁਰਕਦੀਆਂ ਲੱਗਦੀਆਂ ਨੇ ਉਹਨਾਂ ਨੂੰ ਨਹੀਂ ਪਤਾ ਲੱਗਦਾ। ਇਤਨੀ ਸਾਲਿਡ ਹੋਤੀ ਹੈ ਕਿਸੀ ਕੇ ਸਾਹਮਣੇ ਅਗਰ ਕੋਈ ਜੂ ਉੱਪਰ ਫਿਰ ਰਹੀ ਹੋ। ਸਹੀ ਕਹਿ ਰਹੀ ਹੈ, ਸਕੂਲ ਮੇਂ ਤਾਂ ਖਾਸ ਤੌਰ ਪਰ ਸੁੱਕੀ ਰਹੀ ਥੀ। ਮੈਨੂੰ ਤਾਂ ਇਸ ਜਗ੍ਹਾ ਬੜੀ ਖਾਰਿਸ਼ ਹੁੰਦੀ ਹੈ ਚੀਜ਼ ਸੇ, ਪੂਰੇ ਸਾਲ ਮੇਂ ਹੋਤੀ ਰਹਤੀ ਹੈ। ਕਿਹਦੇ ਸਮਝੋ ਹੈ ਵਜੇ ਦਾ ਚੱਕਰ ਲੱਗਦਾ ਨਾ ਕਿ ਘੱਟ ਲੱਗਦਾ ਵਜੇ ਮੰਜੂਰ ਆਉਂਦਾ ਸਵੇਰਾ ਦੇ ਆਉਣ ਤੋਂ ਬਾਅਦ ਬਹੁਤ ਕੰਮ ਨਹੀਂ ਹੁੰਦੇ ਪੈਰ ਪਾਟਾ ਨਹੀਂ ਲੱਗਦੇ ਫਿਰ ਵੀ ਆ ਜਾਂਦੇ ਹਾਂ। ਉਹਨਾਂ ਨੂੰ ਲਿਆਉਣ ਦਾ ਜ਼ਰਾ ਮਸਲਾ ਹੁੰਦਾ ਨਾ ਕਿ ਛੱਡ ਕੇ ਜਾਣ ਜਾ, ਨਹੀਂ ਉਹ ਥੋੜ੍ਹਾ ਸ਼ੱਕ ਰਾ ਕੇ ਇੱਥੇ ਸਾਡੇ ਦਰਵਾਜ਼ੇ ਤੇ ਗਿਆ ਉੱਤਰ ਕੇ ਆਪੀ ਆਏ ਆਈ ਨਾ ਮੈਨੂੰ ਬਖੜ ਕੀਤਾ ਮਾਮੂ ਜੀ ਸ਼ੇਰ ਨੂੰ ਕਹਿੰਦੇ ਬਖੜ ਸੁਣਿਆ ਕੀਤਾ ਆਹੋ ਇੱਥੇ ਕੀਤਾ ਬਖੜ ਕੀਤਾ ਉੱਥੇ ਨਾ ਬਾ ਹੁੰਦਾ ਦੁਬਈ ਸਾਊਦੀ ਅਰਬ ਹੁੰਦਾ ਨਾ ਕੋਈ ਨੀ ਬਾਅਦ ਚੀ ਬਾਜੀ ਕਹਿੰਦੇ ਸਾਨੂੰ ਦੂਸਰੀ ਦਾ ਤੇ ਸਿੱਧਰ ਵਾਲੇ ਨੇ ਨਹੀਂ ਨਹੀਂ ਕੀਤਾ ਉਹਨਾਂ ਨੇ ਹਾਂ ਕੀਤੀ ਅਰੇ ਸਿੱਧਰ ਵਾਲੇ ਦਾ ਤੇ ਮੇਰੇ ਨਾਲ ਜਿਹਨਾਂ ਕਰਦੇ ਨਾ ਜਲਦੀ ਹੈ ਨਾ ਕੱਲ੍ਹ ਦੀ ਗੱਲ ਹੈ ਨਿੱਕੀਆਂ ਨਿੱਕੀਆਂ ਦੇ ਇਹ ਛੋਟੀ ਹੈ ਇਹਨਾਂ ਨੂੰ ਵੱਡੀ ਨਾਲ ਕਿਉਂ ਵੱਡੀ ਹੈ ਪਹਿਲੇ ਇਤਨਾ ਪਿਆਰ ਕਰਤੀ ਥੀ ਸਹਰ ਉਸਸੇ ਅਬ ਜਬ ਸੇ ਮੈਂ ਉਨਕੇ ਘਰ ਗਈ ਹੂੰ ਨਾ ਕਹਤੀ ਆਪ ਸੇ ਉਸਕੋ ਪਤਾ ਨਹੀਂ ਕਿਆ ਹੋ ਗਿਆ ਜਾ ਆਪਕੀ ਮੇਰੇ ਨਾਲ ਮੇਰੇ ਕਲਾਸ ਫੈਲੋ ਹੈ ਨਾ ਨਹੀਂ ਬੜੀ ਕਲਾਸ ਹਮ ਫਰੈਂਡਸ ਬਹੁਤ ਅੱਛੀ ਥੀ ਤੇਰੇ ਸੇ ਅੱਛਾ ਉਹ ਮਿਲਾ ਦੇ ਰਹੇ ਨਹੀਂ ਬਹੁਤ ਜ਼ਿਆਦਾ ਨਹੀਂ
ਸਾਰਾ ਦਿਨ ਕੱਲੀ ਖੇਡਦੀ ਅੱਗੇ ਲੜਾਈ ਹੋ ਜਾਂਦੀ ਨਾ ਮੁੱਕਦੀ ਇਹਨਾਂ ਦੋਵਾਂ ਦੀ ਅਲੀ ਨਾ ਸਲੂਕ ਸਸੂਰ ਫਿਰ ਵੀ ਖੇਡਦੇ ਰਹਿੰਦੇ ਨਾ ਮਾਰਦੇ ਵੀ ਨਾ ਚਾਰ ਦਿਨ ਬੜਾ ਕੀਤਾ ਸਭ ਬੜਾ ਸੀ ਹੁਣ ਵੀ ਤੰਗ ਆ ਰਹੀ ਨਾ ਤੰਗ ਬੜਾ ਕਰਦੀ ਪਸ਼ਵਾਲ ਵੀ ਬਰਾਊਨ ਸੂ ਤੇ ਉਹ ਨਾ ਇੰਝ ਲੱਗਦੀ ਜਿਵੇਂ ਚਮਕਦੀ ਹੈ ਕੋਈ ਚੀਜ਼ ਬਾਜੀ ਵੀ ਨਾ ਵੀ ਕਹਿੰਦਾ ਸਭ ਮੇਰੀ ਦੂਰ ਦੀ ਅਤੇ ਨਜ਼ਦੀਕ ਦੀ ਦੋਵੇਂ ਖਰਾਬ ਹੋ ਗਈਆਂ ਨੇ ਉਹਨੇ ਕਿਹਾ 5000 ਦਾ ਨਾ ਲੈਂਸ ਪੈਣਾ ਆਮ ਨਾ ਠੀਕ ਹੈ ਹੁਣ ਸਹੀ ਹੋ ਮੈਨੂੰ ਤਾਂ ਅੱਗੇ ਨਾਲ ਮਾੜੀ ਦੀ ਮਾੜੀ ਇੱਕ ਦਿਨ ਸੁਣਾ ਭੇਜਿਆ ਹਾਂ ਬਾਜੀ ਮੈਂ ਆਉਣਾ ਇੱਧਰ ਅਸੀਂ ਵੀ ਸਾਰਾ ਦਿਨ ਇੰਤਜ਼ਾਰ ਕਰਦੇ ਰਹੇ ਫਿਰ ਕੋਈ ਆਇਆ ਹੀ ਕੋਈ ਨਹੀਂ ਸੀ ਹੁਣ ਮੈਨੂੰ ਕਹਿੰਦੇ ਸਭ ਮੇਰਾ ਦਿਲ ਕਰਦਾ ਹੀ ਪਿਆ ਅਤੇ ਉਹ ਕੁਛ ਫਾਇਦਾ ਆਈ ਸੀ ਅਤੇ ਮੇਰਾ ਬੱਚੇ ਇਹੀ ਸਾਂਭਦੇ ਨੇ ਨਾ ਫਿਰ ਉਹ ਪੜ੍ਹਾਉਂਦੀ ਹੈ ਫਿਰ ਆਮਨਾ ਅਤੇ ਫਾਇਦਾ ਉਹਨੂੰ ਪਤਾ ਕੜਾਅ ਵਗੈਰਾ ਹੋਇਆ ਹੋਇਆ ਮੁੰਡੇ ਨੂੰ ਫਿਰ ਫੜਦੇ ਨੇ ਮੁੰਡਾ ਰਾਜ ਨਾ ਸ਼ਰਾਬੀ ਹੈ ਬੰਦਾ ਆਇਆ ਸਸੂ ਚਲਾ ਗਿਆ ਸਸੂਆਂ ਉਹ ਵੀ ਪਰਸੋਂ ਰਾਤ ਨੂੰ ਆਇਆ ਸੀ ਅਤੇ ਕਹਿੰਦੇ ਨੇ ਇਹਦਾ ਇਹਦਾ ਫਿਰ ਕੀ ਕਰੂੰ ਫਾਇਦਾ ਦਾ ਔਰ ਮੀਆਂ ਨੇ ਜਾਣਾ ਸੀ ਲੇਕਿਨ ਅਸੀਂ ਲੇਟ ਹੋ ਜਾਣਾ ਸੀ ਨਾ ਉਹਨੇ ਜਾ ਕੇ ਦੁਕਾਨ ਖੋਲ੍ਹਣੀ ਸੀ ਮੈਂ ਮੱਝ ਨਿਕਲ ਗਿਆ ਆਉਣਾ ਪੈਦਾ ਮੈਂ ਅਗਲੇ ਹਫ਼ਤੇ ਜਾਣਾ ਅੰਮੀ ਮੈਂ ਅਜੇ ਇੱਕ ਹਫ਼ਤਾ ਹੋ ਰਿਹਾ ਨਾ ਮੈਂ ਸਹੀ ਹੋ ਕੇ ਅੰਮੀ ਕੋਲੋਂ ਫਿਰ ਜਾਣਾ ਆਪਾਂ ਸ਼ੱਕ ਦੂਰ ਕਰਦੀ ਕਿਤਨੀ ਦੇਰ ਬਾਅਦ ਬਾਲ ਤੋਂ ਆਈ